ਕੱਲ ਡੇਲੀ ਪੋਸਟ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ। ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਲ ਜੁੜੀ ਇੱਕ ਵੱਡੀ ਖਬਰ ਹੈ। ਟਵਿੱਟਰ, ਫੇਸਬੁੱਕ ਤੇ ਇੰਸਟਾਗ੍ਰਾਮ ਤੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ। ਜੀ ਹਾਂ, ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਬੰਦ ਹੋ ਸਕਦੇ ਨੇ। ਦਰਅਸਲ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਲਈ ਇੱਕ ਤਰੀਕ ਨਿਰਧਾਰਿਤ ਕੀਤੀ ਗਈ ਸੀ, 26 ਤਰੀਕ, 26 ਮਈ ਤਰੀਕ ਜਿਹੜੀ ਨਿਰਧਾਰਿਤ ਕੀਤੀ ਗਈ ਸੀ, ਅਤੇ ਇਸ ਸੰਬੰਧੀ ਜਿਹੜਾ ਕੇਂਦਰ ਦੇ ਵੱਲੋਂ 25 ਫਰਵਰੀ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਅਤੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ 3 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਕਿ ਜਿਹੜੇ ਤਮਾਮ ਤਰ੍ਹਾਂ ਦੇ ਮਾਪਦੰਡ ਨੇ ਉਹਨਾਂ ਦੇ ਉੱਤੇ ਤੁਸੀਂ ਖਰੇ ਉਤਰੋ, ਨਹੀਂ ਤਾਂ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਜੇਕਰ ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕਰਦੇ। ਸੋ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ 2 ਦਿਨਾਂ ਦੇ ਅੰਦਰ ਬੰਦ ਹੋ ਸਕਦੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਹੈ, ਕਿਉਂਕਿ ਨਾ ਸਿਰਫ ਲੋਕਾਂ ਦੀ ਜ਼ਿੰਦਗੀ ਸੋਸ਼ਲ ਮੀਡੀਆ ਦੇ ਉੱਤੇ ਜੁੜੀ ਹੋਈ ਹੈ, ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਇਸ ਵੇਲੇ ਸੋਸ਼ਲ ਮੀਡੀਆ। ਚਾਹੇ ਉਹ ਖਬਰਾਂ ਦੇ ਪ੍ਰਸਾਰ ਦੀ ਗੱਲ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਚੀਜ਼ ਦੇ ਟਰੈਵਲ ਕਰਨ ਦੀ ਗੱਲ ਹੋਵੇ, ਤਾਂ ਸੋਸ਼ਲ ਮੀਡੀਆ ਇਸ ਵੇਲੇ ਇੱਕ ਬਹੁਤ ਵੱਡਾ ਪੱਖ ਹੈ, ਇਨਸਾਨੀ ਜ਼ਿੰਦਗੀਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ, ਤਾਂ ਇਸ ਤੋਂ ਇਲਾਵਾ ਲੋਕਾਂ ਦੇ ਰੋਜ਼ਗਾਰ ਬਹੁਤ ਵੱਡੇ ਪੱਧਰ ਦੇ ਉੱਤੇ ਜੁੜੇ ਹੋਏ ਨੇ। ਸਿੱਧੇ ਤੌਰ 'ਤੇ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਜਿਹੜੇ ਬਹੁਤ ਲੋਕ ਜਿਹੜੇ ਇਸ ਵੇਲੇ ਆਸ਼ਰਿਤ ਨੇ, ਉਹਨਾਂ ਦੇ ਜੀਵਨ ਨਿਰਵਾਹ ਦਾ ਇੱਕ ਬਹੁਤ ਵੱਡਾ ਪੱਖ ਇਹਨਾਂ ਦੇ ਉੱਤੇ ਜੁੜਿਆ ਹੋਇਆ। ਸੋ 2 ਦਿਨਾਂ ਦੇ ਅੰਦਰ ਹੋ ਸਕਦੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਬੰਦ ਹੋ ਸਕਦਾ। 3 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, 2 ਦਿਨਾਂ ਦੇ ਅੰਦਰ ਬੰਦ ਹੋ ਸਕਦੇ ਨੇ। ਪਲੇਟਫਾਰਮ ਦੱਸਦੀ ਹੈ ਕਿ ਕੇਂਦਰ ਨੇ 25 ਫਰਵਰੀ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਅਤੇ 3 ਮਹੀਨਿਆਂ ਦਾ ਜਿਹੜਾ ਬਕਾਇਦਾ ਸਮਾਂ ਦਿੱਤਾ ਗਿਆ ਸੀ, ਅਤੇ 2 ਦਿਨ ਬਾਕੀ ਰਹਿ ਗਏ ਨੇ। 26 ਤਰੀਕ ਨੂੰ ਜਿਹੜੀ ਇਹ ਮਿਆਦ ਪੂਰੀ ਹੋਣੀ ਹੈ, ਤਾਂ ਉਸ ਤੋਂ ਬਾਅਦ ਹੁਣ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ, ਇਹ ਦੇਖਣਾ ਬਹੁਤ ਵੱਡੀ ਗੱਲ ਹੋਵੇਗੀ ਆਪਣੇ ਆਪ ਦੇ ਵਿੱਚ ਇਸ ਵੇਲੇ ਦੀ ਇੱਕ ਸਭ ਤੋਂ ਵੱਡੀ ਅਪਡੇਟ ਹੈ। ਔਰ ਇਸ ਤੋਂ ਇਲਾਵਾ ਇਹ ਵੀ ਚੀਜ਼ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੀਆਂ ਚੀਜ਼ਾਂ ਸ਼ਿਕਾਇਤਾਂ ਮਿਲ ਰਹੀਆਂ ਸੀ ਊਣਤਾਈਆਂ ਦੀਆਂ, ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ, ਉਸ ਤੋਂ ਲੈ ਕੇ ਵੀ ਜਿਹੜੇ ਤਮਾਮ ਤਰ੍ਹਾਂ ਦੀਆਂ ਸਖਤਾਈਆਂ ਦੀ ਗੱਲ ਕੀਤੀ ਜਾ ਰਹੀ ਸੀ। ਸੋ ਦੱਸ ਦਈਏ ਕਿ ਇੱਕ ਵੱਡਾ ਸਵਾਲ ਹੈ ਕਿ ਸੱਚੀ ਭਾਰਤ ਦੇ ਵਿੱਚ 2 ਦਿਨਾਂ ਬਾਅਦ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਹੈ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਆਪਣਾ ਕੰਮ ਕਰਨਾ, ਆਪਣੇ ਓਪਰੇਸ਼ਨਸ ਇੱਥੇ ਬੰਦ ਕਰ ਦੇਣਗੀਆਂ। ਇਹ ਸਵਾਲ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਸੀ। ਦਰਅਸਲ ਇਸ ਸਾਲ 25 ਫਰਵਰੀ ਨੂੰ, ਦੱਸਦੀ ਜਿਵੇਂ ਪਹਿਲਾਂ ਦੱਸ ਕੇ ਹਟਿਆ, ਭਾਰਤ ਸਰਕਾਰ ਦੇ ਵੱਲੋਂ ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲੇ ਨੇ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਵੇਂ ਨਿਯਮਾਂ ਦਾ ਪਾਲਣ ਕਰਨ ਦੇ ਲਈ 3 ਮਹੀਨੇ ਦਾ ਸਮਾਂ ਦਿੱਤਾ ਸੀ, ਜਿਸ ਦੀ ਹੁਣ ਸਮਾਂ, ਜਿਹੜੀ ਸੀਮਾ ਹੈ, ਜਿਹੜੀ ਹੱਦ ਹੈ, ਉਹ ਖਤਮ ਹੋ ਰਹੀ ਹੈ। ਅਤੇ ਇਸ ਵਿੱਚ ਜਿਹੜੇ ਇਹ 3 ਮਹੀਨੇ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਿਹਦੇ ਵਿੱਚ ਇਹ ਚੀਜ਼ ਸ਼ਾਮਿਲ ਸੀ, ਭਾਰਤ ਦੇ ਵਿੱਚ ਆਪਣਾ ਦਫ਼ਤਰ ਅਤੇ ਕੰਟਰੈਕਟ ਐਡਰੈਸ ਦੇਣਾ ਹੋਵੇਗਾ, ਅਤੇ ਕੰਪਨੀ ਦੇ ਅਧਿਕਾਰੀ ਉਹਨਾਂ ਨੂੰ ਨਿਯੁਕਤ ਕਰਨੇ ਪੈਣਗੇ। ਸ਼ਿਕਾਇਤ ਦੀ ਜਿਹੜੇ ਸ਼ਿਕਾਇਤ ਨਿਵਾਰਨ ਕਮੇਟੀ ਹੁੰਦੀ ਹੈ, ਸ਼ਿਕਾਇਤ ਦਾ ਜਿਹੜਾ ਹੱਲ ਕਰਨ ਦੇ ਲਈ ਇੱਕ ਜਿਹੜਾ ਅਧਿਕਾਰੀ ਲਗਾਇਆ ਹੋਵੇਗਾ, ਅਤੇ ਕੰਟੈਂਟ ਦੀ ਨਿਗਰਾਨੀ ਦੇ ਲਈ, ਜਿਹੜਾ ਆਪੱਤੀਜਨਕ ਕੰਟੈਂਟ ਹੈ, ਜਿਹੜਾ ਸਮਾਜ ਦੇ ਵਿੱਚ ਸਹੀ ਸੇਧ ਨਹੀਂ ਦਿੰਦਾ, ਉਹ ਕੰਟੈਂਟ ਨੂੰ ਹਟਾਉਣ ਦੇ ਲਈ, ਉਸਦੀ ਨਿਗਰਾਨੀ ਦੇ ਲਈ ਜਿਹੜਾ ਇੰਪਲੋਈ ਨਿਯੁਕਤ ਕੀਤੇ ਜਾਣਗੇ, ਤਾਂ ਇਹ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਸੀ। ਅਤੇ ਇਸੇ ਨੂੰ ਲੈ ਕੇ ਜਿਹੜੀ ਸਖਤਾਈ ਹੁਣ ਕੀਤੀ ਜਾ ਰਹੀ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਚਾਹੇ ਉਹ ਫੇਕ ਨਿਊਜ਼ ਦੀ ਗੱਲ ਹੋਵੇ, ਚਾਹੇ ਉਹ ਨਿਊਡਿਟੀ ਦੀ ਗੱਲ ਹੋਵੇ, ਚਾਹੇ ਉਹ ਆਪੱਤੀਜਨਕ ਅਸ਼ਲੀਲ ਸਮੱਗਰੀ ਦੀ ਗੱਲ ਹੋਵੇ, ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਇਨਸਾਨੀ ਜ਼ਿੰਦਗੀਆਂ ਨੂੰ, ਬੱਚਿਆਂ ਨੂੰ, ਛੋਟੇ ਜਿਹੜੇ ਅੰਡਰ ਏਜ ਬੱਚੇ ਨੇ, 18 ਸਾਲ ਤੋਂ ਘੱਟ ਬੱਚੇ ਨੇ, ਤਾਂ ਕਈ ਤਰ੍ਹਾਂ ਦੇ ਪੱਖ ਨੇ ਜਿਹਦੇ ਵਿੱਚ ਫੇਕ ਨਿਊਜ਼ ਵੀ ਆ ਜਾਂਦੀਆਂ ਨੇ, ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਨੇ। ਔਰ ਕਈ ਥਾਵਾਂ ਦੇ ਉੱਤੇ ਇਹ ਚੀਜ਼ਾਂ ਵੀ ਸਾਹਮਣੇ ਆਈਆਂ ਨੇ ਕਿ ਸੋਸ਼ਲ ਮੀਡੀਆ ਦੀ ਇੱਕ ਪੋਸਟ ਦੇ ਵੱਲੋਂ 2 ਦਿਨਾਂ ਦੇ ਵਿੱਚ ਦੰਗੇ ਭੜਕਾ ਦਿੱਤੇ, ਕਈ ਲੋਕਾਂ ਦੀਆਂ ਮੌਤਾਂ ਹੋ ਗਈਆਂ, ਤਾਂ ਇਹ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਨੇ। ਇਸ ਨੂੰ ਲੈ ਕੇ ਇਹ ਲਗਾਤਾਰ ਜਿਹੜੀ ਮੰਗ ਉੱਠ ਰਹੀ ਸੀ, ਤਾਂ ਉਸ ਤੋਂ ਬਾਅਦ 25 ਫਰਵਰੀ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਭਾਰਤ ਸਰਕਾਰ ਦੇ ਵਿਭਾਗ ਦੇ ਵੱਲੋਂ ਜੋ ਡੀਲ ਕਰਦਾ ਇਸ ਤਰ੍ਹਾਂ ਦੇ ਮਾਮਲਿਆਂ ਦੇ ਨਾਲ, ਤਾਂ ਉਸ ਤੋਂ ਬਾਅਦ 3 ਮਹੀਨੇ ਦਾ ਸਮਾਂ ਦਿੱਤਾ ਜਾਂਦਾ, ਤਾਂ 3 ਮਹੀਨੇ ਦੀ ਜਿਹੜੀ ਮਿਆਦ ਹੈ, 3 ਮਹੀਨੇ ਦੀ ਸਮਾਂ ਹੱਦ ਹੈ ਜਿਹੜੀ, ਉਹ ਪੂਰੀ ਹੋਣ ਜਾ ਰਹੀ ਹੈ 26 ਤਰੀਕ ਨੂੰ। ਤਾਂ ਇਹੀ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਸੱਚੀ ਜਿਨ੍ਹਾਂ ਦੇ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਇਹ ਉਪਰਾਲੇ ਨਹੀਂ ਕੀਤੇ ਗਏ, ਮਾਪਦੰਡਾਂ ਦੇ ਉੱਤੇ ਆਪਣੇ ਆਪ ਨੂੰ ਖਰਾ ਸਾਬਤ ਨਹੀਂ ਕੀਤਾ ਗਿਆ, ਤਾਂ ਕਿ ਸੱਚੀ ਬੰਦ ਹੋ ਜਾਵੇਗਾ। ਅਤੇ ਇਹ ਚੀਜ਼ਾਂ ਹੁਣ ਲਗਾਤਾਰ ਸਵਾਲਾਂ ਦੇ ਵਿੱਚ ਨੇ। ਅਤੇ ਹੁਣ ਇੱਕ ਪਾਸੇ ਕੂ ਨਾਮ ਦੀ ਕੰਪਨੀ ਨੂੰ ਛੱਡ ਕੇ ਕਿਸੇ ਵੀ ਹੋਰ ਕੰਪਨੀ ਦੇ ਵੱਲੋਂ ਇਸ ਤਰ੍ਹਾਂ ਦੇ ਕੋਈ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ ਜਿਹਦੇ ਵਿੱਚ ਕੋਈ ਸ਼ਿਕਾਇਤ ਦੀ ਗੱਲ ਹੋਵੇ, ਜਾਂ ਜਿਵੇਂ ਪਹਿਲਾਂ ਕਹਿ ਕੇ ਹਟਿਆ, ਆਪੱਤੀਜਨਕ ਸਮੱਗਰੀ ਨੂੰ ਹਟਾਉਣ ਦੀ ਗੱਲ ਹੋਵੇ। ਸਿਰਫ ਇੱਕ ਕਰੂ ਨਾਮ ਦੀ ਕੰਪਨੀ ਹੈ ਜਿਨ੍ਹਾਂ ਦੇ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਮਾਪਦੰਡ ਨੇ ਉਹਦੇ ਉੱਤੇ ਆਪਣੀ ਇੱਕ ਅਧਿਕਾਰੀ ਨਿਯੁਕਤ ਕੀਤਾ ਗਿਆ, ਤਾਂ ਹੋਰ ਕਿਸੇ ਕੰਪਨੀ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਅਧਿਕਾਰੀ ਨਹੀਂ ਨਿਯੁਕਤ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਇਹ ਸਵਾਲ ਉੱਠ ਰਹੇ ਨੇ ਕਿ ਸੱਚੀ ਸੋਸ਼ਲ ਮੀਡੀਆ ਦੇ ਜਿਹੜੇ ਨਵੇਂ ਨਿਯਮ ਦੇ ਉੱਤੇ ਖਰਾ ਨਾ ਉਤਰਨ ਦੇ ਚਲਦੇ
ਟਵਿੱਟਰ ਇੰਸਟਾਗ੍ਰਾਮ ਅਤੇ ਜਿਹੜਾ ਫੇਸਬੁੱਕ ਹੈ ਉਸਨੂੰ ਬੰਦ ਕਰ ਦਿੱਤਾ ਜਾਵੇਗਾ।